ਇਹਦਾ ਜਿਹੜਾ ਪ੍ਰਾਈਜ਼ ਹੈ ਉਹ ਹੈਗਾ ਆਪਣੇ 21,000 ਰੁਪਈਆ, ਅਤੇ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਔਫਰ ਦੇ ਤਹਿਤ 1,000 ਰੁਪਈਏ ਦਾ ਡਿਸਕਾਊਂਟ ਦਿੱਤਾ ਜਾਊਗਾ, ਅਤੇ ਇਸ ਮਸ਼ੀਨ ਦੀ ਜਿਹੜੀ ਕੀਮਤ ਹੈ ਉਹ 20,000 ਰਹਿ ਜੂਗੀ। ਇਸ 'ਤੇ ਨਾ ਆਪਾਂ ਮੱਝਾਂ ਅਤੇ ਗਾਈਆਂ ਦੋਨਾਂ ਦੀ ਧਾਰਾਂ ਕੱਢ ਸਕਦੇ ਹਾਂ, ਦੋਨਾਂ ਦੀ ਚਵਾਈ ਕਰ ਸਕਦੇ ਹਾਂ। ਡਿਸਕਾਊਂਟ ਕਰਕੇ 21,000 ਰੁਪਈਏ ਦੀ ਇਹ ਮਸ਼ੀਨ ਮਿਲ ਜਾਣੀ ਹੈ। ਇਹਦੇ ਨਾਲ ਆਪਾਂ ਨੂੰ 20 ਲੀਟਰ ਵਾਲਾ ਬਕਟ ਮਿਲ ਜੂਗਾ ਅਤੇ 10 ਫੁੱਟ ਲੰਮੀ ਹੈ ਪੈਪ ਮਿਲ ਜੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਹੁਣ ਆਪਾਂ ਖੜ੍ਹੇ ਹਾਂ ਜੀ ਸ਼੍ਰੀ ਕਰਨ ਡੇਅਰੀ ਇਕਿਊਪਮੈਂਟਸ ਦੇ ਉੱਤੇ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਮਿਲਕਿੰਗ ਮਸ਼ੀਨਾਂ ਦਿਖਾਉਣੀਆਂ ਅਤੇ ਹੋਰ ਵੀ ਆਪਾਂ ਇਹਨਾਂ ਦੇ ਪ੍ਰੋਡਕਟ ਦਿਖਾਵਾਂਗੇ। ਮਿਲਕਿੰਗ ਮਸ਼ੀਨਾਂ ਦਾ ਪ੍ਰਾਈਜ਼ ਵੀ ਦੱਸਾਂਗੇ ਵੀ ਕਿੰਨੇ ਤੋਂ ਇਹ ਸਟਾਰਟ ਹੁੰਦੀਆਂ ਅਤੇ ਕਿੱਥੋਂ ਕਦਾਈਆਂ ਜਾਂਦੀਆਂ, ਇਹਨਾਂ ਦੀ ਗਰੰਟੀ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਜੇ ਆਪਾਂ ਸ਼ੋਪ ਦੀ ਲੋਕੇਸ਼ਨ ਦੀ ਗੱਲ ਕਰੀਏ, ਮੈਂ ਤੁਹਾਨੂੰ ਬਾਹਰ ਜਾ ਕੇ ਦਿਖਾਉਣਾ ਵੀ ਇਹਦੀ ਲੋਕੇਸ਼ਨ ਕਿੱਥੇ ਹੈ ਅਤੇ ਕਿਹੋ ਜਿਹਾ ਕਿਹੜੇ ਏਰੀਏ। ਸਭ ਤੋਂ ਪਹਿਲਾਂ ਜੇ ਆਪਾਂ ਇਸ ਸ਼ੋਪ ਦੀ ਲੋਕੇਸ਼ਨ ਦੀ ਗੱਲ ਕਰੀਏ, ਗੁਰੂ ਗੋਬਿੰਦ ਸਿੰਘ ਨਗਰ ਦੇ ਵਿੱਚ ਇਹ ਸ਼ੋਪ ਹੈ ਜਿਹੜੀ ਰਹਿ ਜਾਂਦੀ ਹੈ ਬਠਿੰਡਾ ਦੇ ਵਿੱਚ। ਸ਼੍ਰੀ ਕਰਨ ਡੇਅਰੀ ਇਕਿਊਪਮੈਂਟਸ ਨਾਮ ਤੋਂ ਇਹ ਸ਼ੋਪ ਹੈ ਅਤੇ ਬਾਈਹਰਾਂ ਦਾ ਜਿਹੜਾ ਬ੍ਰਾਂਡ ਹੈ ਵੰਡਰ ਮਿਲਕਿੰਗ ਨਾਮ ਤੋਂ ਇਹ ਬ੍ਰਾਂਡ ਹੈ। ਅਤੇ ਇਸ ਵੀਡੀਓ ਦੇ ਵਿੱਚ ਆਪਾਂ ਮਸ਼ੀਨਾਂ ਦੀ ਗੱਲ ਕਰਨੀ ਹੈ। ਤੁਸੀਂ ਆਹ ਮਸ਼ੀਨਾਂ ਵੇਖ ਸਕਦੇ ਹੋ, ਇੱਧਰ ਵੀ ਪਈਆਂ ਅਤੇ ਇੱਧਰ ਵੀ ਪਈਆਂ। ਹੁਣ ਆਪਾਂ ਤੁਹਾਨੂੰ ਸਟਾਰਟਿੰਗ ਪ੍ਰਾਈਜ਼ ਦੱਸਦੇ ਹਾਂ, ਮਸ਼ੀਨਾਂ ਦਾ ਜਿਹੜਾ ਪ੍ਰਾਈਜ਼ ਹੈ ਉਹ ਸਟਾਰਟ ਕਿੱਥੋਂ ਹੁੰਦਾ। ਅਤੇ ਇਸ ਸ਼ੋਪ ਦੇ ਉੱਤੇ ਤੁਹਾਨੂੰ ਮਸ਼ੀਨਾਂ ਮਿਲ ਵੀ ਜਾਣਗੀਆਂ ਅਤੇ ਰਿਪੇਅਰਿੰਗ ਦਾ ਕੰਮ ਵੀ ਇੱਥੇ ਬਹੁਤ ਹੀ ਵਧੀਆ ਹੁੰਦਾ ਅਤੇ ਸਪੇਅਰ ਪਾਰਟ ਹੈ ਜਿਹੜੇ ਮਸ਼ੀਨਾਂ ਦੇ ਉਹ ਵੀ ਅਵੇਲੇਬਲ ਹੈ ਇੱਥੇ। ਅਤੇ ਹੁਣ ਆਪਾਂ ਮਸ਼ੀਨਾਂ ਦੀ ਗੱਲ ਕਰਦੇ ਹਾਂ, ਜਿਵੇਂ ਆਹ ਸਟੋਕ ਪਿਆ ਸਾਰਾ, ਇਹਨਾਂ ਦੀ ਆਪਾਂ ਗੱਲ ਕਰਾਂਗੇ ਵੀ ਇਹਨਾਂ ਦਾ ਪ੍ਰਾਈਜ਼ ਕਿੱਥੋਂ ਸਟਾਰਟ ਹੋ ਜਾਂਦਾ, ਕਿੰਨੀ ਗਰੰਟੀ ਵਰੰਟੀ ਰਹਿੰਦੀ ਹੈ। ਹਾਂਜੀ, ਸਭ ਤੋਂ ਜਿਹੜੀ ਪਹਿਲੀ ਮਸ਼ੀਨ ਆ ਉਹਦੀ ਆਪਾਂ ਗੱਲ ਕਰਾਂਗੇ। ਇਹ ਮਸ਼ੀਨ ਹੈ ਜਿਹੜੀ, ਇਹ 0.5 HP ਦੀ ਮਸ਼ੀਨ ਹੈ, 0.5 HP ਦੀ ਮੋਟਰ ਲੱਗੀ ਹੋਈ ਹੈ। 20 ਲੀਟਰ ਦਾ ਜਿਹੜਾ ਕੈਨ ਹੈ ਇਹਦੇ ਨਾਲ ਆਊਗਾ ਆਹ, ਅਤੇ ਮਸ਼ੀਨ ਨੂੰ ਆਪਾਂ ਇਹ ਰੋੜ ਕੇ ਲਿਆ ਸਕਦੇ ਹਾਂ, ਪਰ ਜਿਹੜਾ ਇਹਦਾ ਕੈਨ ਹੈ ਇਹਨੂੰ ਆਪਾਂ ਨੂੰ ਚੱਕ ਕੇ ਲਿਆਉਣਾ ਪਊਗਾ। ਇਹਦਾ ਜਿਹੜਾ ਪ੍ਰਾਈਜ਼ ਹੈ ਉਹ ਹੈਗਾ ਆਪਣੇ 21,000 ਰੁਪਈਆ, ਅਤੇ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਔਫਰ ਦੇ ਤਹਿਤ 1,000 ਰੁਪਈਏ ਦਾ ਡਿਸਕਾਊਂਟ ਦਿੱਤਾ ਜਾਊਗਾ, ਅਤੇ ਇਸ ਮਸ਼ੀਨ ਦੀ ਜਿਹੜੀ ਕੀਮਤ ਹੈ ਉਹ 20,000 ਰਹਿ ਜੂਗੀ। ਅਤੇ ਗਰੰਟੀ ਵਰੰਟੀ ਇਹਦੀ ਪੂਰੀ ਹੋਊਗੀ, ਤੁਸੀਂ ਸ਼ੋਪ 'ਤੇ ਆ ਕੇ ਵੀ ਗੱਲ ਕਰ ਸਕਦੇ ਹੋ, ਬਾਕੀ ਆਪਾਂ ਤੁਹਾਨੂੰ ਮੋਬਾਈਲ ਨੰਬਰ ਦੇਵਾਂਗੇ ਉਸ 'ਤੇ ਤੁਸੀਂ ਕੰਟੈਕਟ ਕਰਕੇ ਗੱਲਬਾਤ ਵੀ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜੀ ਆਪਾਂ ਮਸ਼ੀਨ ਦੀ ਗੱਲ ਕਰਾਂਗੇ, ਇਹ ਮਸ਼ੀਨ ਹੈ, ਇਹਦੇ ਨਾਲ ਆਪਾਂ ਨੂੰ 0.5 HP ਦੀ ਮੋਟਰ ਮਿਲ ਜੂਗੀ, ਅਤੇ ਇਹਦਾ ਜਿਹੜਾ ਪ੍ਰਾਈਜ਼ ਰਹੂਗਾ ਉਹ ਰਹੂਗਾ 22,000 ਰੁਪਈਆ, ਅਤੇ ਡਿਸਕਾਊਂਟ ਕਰਕੇ 21,000 ਰੁਪਈਏ ਦੀ ਇਹ ਮਸ਼ੀਨ ਮਿਲ ਜਾਣੀ ਹੈ। ਇਹਦੇ ਨਾਲ ਆਪਾਂ ਨੂੰ 20 ਲੀਟਰ ਵਾਲਾ ਬਕਟ ਮਿਲ ਜੂਗਾ ਅਤੇ 10 ਫੁੱਟ ਲੰਮੀ ਹੈ ਪੈਪ ਮਿਲ ਜੂਗੀ, ਹੈ ਨਾ। ਅਤੇ ਇਸ ਤੋਂ ਬਾਅਦ ਜਿਹੜੀ ਮਸ਼ੀਨ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਹੈਗੀ ਆ 0.5 HP ਦੀ ਮਸ਼ੀਨ ਆ, ਉਹ ਮੋਟਰ 0.5 HP ਦੀ ਲੱਗੀ ਹੈ, ਪਰ ਉਹਦੇ ਫਰਕ ਕੀ ਹੈ ਵੀ ਆਹ ਜਿਹੜਾ ਕੈਨ ਹੈ ਨਾ ਇਹਦੇ ਵਿੱਚ ਫਿੱਟ ਹੋਇਆ ਵਾ। ਜਿਹੜੀਆਂ ਆਪਾਂ ਤੁਹਾਨੂੰ ਪਹਿਲਾਂ ਮਸ਼ੀਨਾਂ ਦਿਖਾਈਆਂ ਸੀ ਉਹਦੇ ਵਿੱਚ ਕੈਨ ਫਿੱਟ ਹੈ ਨਹੀਂ ਸੀਗਾ, ਆਪਾਂ ਨੂੰ ਚੱਕ ਕੇ ਲਿਆਉਣਾ ਪੈਂਦਾ ਸੀ, ਇਹਦੇ ਵਿੱਚ ਕੈਨ ਫਿੱਟ ਹੋਇਆ ਵਾ, ਤੁਸੀਂ ਦੇਖ ਸਕਦੇ ਹੋ ਮੋਟਰ ਵੀ ਇੱਥੇ ਫਿੱਟ ਹੈ, ਆਹ ਸਾਰਾ ਸਮਾਨ ਨਾਲ। ਅਤੇ ਇਹਦਾ ਪ੍ਰਾਈਜ਼ ਹੈ ਜਿਹੜਾ 24,000 ਰੁਪਈਆ ਪ੍ਰਾਈਜ਼ ਹੈ। ਮੋਟਰ 0.5 HP ਦੀ ਹੋਊਗੀ, ਕੈਨ ਹੈ ਜਿਹੜਾ 25 ਲੀਟਰ ਦਾ ਕੈਨ ਮਿਲ ਜੂਗਾ ਆਪਾਂ ਨੂੰ ਇਹਦੇ ਨਾਲ। ਅਤੇ ਇਹ ਮਸ਼ੀਨਾਂ ਦੀ ਖਾਸ ਗੱਲ ਕੀ ਹੈ ਵੀ ਇਹ ਇਨਵੈਟਰ 'ਤੇ ਵੀ ਚੱਲ ਪੈਂਦੀਆਂ, ਜੇ ਆਪਣੇ ਕੋਲ ਲੈਟ ਉੱਠ ਗਈ ਹੈ, ਬਿਜਲੀ ਉੱਠ ਗਈ, ਬਿਜਲੀ ਹੈ ਨਹੀਂਗੀ, ਅਤੇ ਇਹ ਮਸ਼ੀਨਾਂ ਇਨਵੈਟਰ 'ਤੇ ਵੀ ਚੱਲ ਪੈਣੀਆਂ। ਪ੍ਰਾਈਜ਼ ਆਪਾਂ ਤੁਹਾਨੂੰ ਦੱਸਤਾ ਇਹਦਾ, ਅਤੇ ਬਾਕੀ ਹਰੇਕ ਮਸ਼ੀਨ ਦੇ ਉੱਤੇ 1,000 ਰੁਪਈਏ ਦਾ ਆਪਾਂ ਨੂੰ ਡਿਸਕਾਊਂਟ ਮਿਲ ਜੂਗਾ, ਅਤੇ ਫਰਕ ਇਹਦਾ ਇੰਨਾ ਹੀ ਹੈ ਵੀ ਇਹਦੇ ਵਿੱਚ ਨਾ ਜਿਹੜਾ ਕੈਨ ਆ ਉਹ ਫਿੱਟ ਕਰਿਆ ਹੋਇਆ। ਇਹ ਮਸ਼ੀਨ ਆਪਾਂ ਤੁਹਾਨੂੰ ਦਿਖਾ ਦਈ ਹੈ, ਅਤੇ ਹੁਣ ਜਿਹੜੀ ਆਹ ਮਸ਼ੀਨ ਹੈ ਇਹ ਸੇਮ ਹੀ ਮਸ਼ੀਨ, ਆਪਾਂ ਕਹਿ ਲਈਏ ਵੀ ਸੇਮ ਉਹੀ ਮਸ਼ੀਨ ਹੈ। ਇਹਦਾ ਫਰਕ ਕੀ ਹੈ ਵੀ ਇਹਦਾ ਜਿਹੜਾ ਆਹ ਫਰੇਮ ਹੈ ਨਾ, ਜਿਹੜੀ ਬਣਾਵਟ ਹੈ ਇਹਦੀ, ਇਹ ਸਟੀਲ ਦੀ ਬਣੀ ਹੋਈ ਹੈ, ਅਤੇ ਸਟੀਲ ਦੇ ਬਣੇ ਹੋਣ ਕਰਕੇ ਇਹਨੂੰ ਜੰਗਾਲ ਨਹੀਂ ਲੱਗਦੀ, ਇਹਦੀ ਲਾਈਫ ਜ਼ਿਆਦਾ ਹੋ ਜਾਂਦੀ ਹੈ। ਇਹਦੇ ਨਾਲ ਆਪਾਂ ਨੂੰ 25 ਲੀਟਰ ਦਾ ਕੈਨ ਮਿਲ ਜੂਗਾ, ਮੋਟਰ ਇਹਦੀ ਵੀ 0.5 HP ਦੀ ਹੈ, ਅਤੇ ਕੈਨ ਹੈ ਜਿਹੜਾ ਇਹਦੇ ਵਿੱਚ ਫਿੱਟ ਕੀਤਾ ਹੋਊਗਾ, ਇਸ ਕਰਕੇ ਇਹਦਾ ਪ੍ਰਾਈਜ਼ ਹੈ ਜਿਹੜਾ ਥੋੜ੍ਹਾ ਜਿਹਾ ਜ਼ਿਆਦਾ ਹੈ, 27,000 ਰੁਪਈਆ ਪ੍ਰਾਈਜ਼ ਹੈ।
ਬਾਕੀ ਹਰੇਕ ਮਸ਼ੀਨ ਦੇ ਉੱਤੇ ਆਪਾਂ ਤੁਹਾਨੂੰ ਵਾਰੀ ਵਾਰੀ ਦੱਸੀ ਜਾਂਦੇ ਹਾਂ ਵੀ 1000 ਰੁਪਏ ਡਿਸਕਾਊਂਟ ਮਿਲੂਗਾ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ। 26000 ਰੁਪਏ ਦਾ ਪ੍ਰਾਈਜ਼ ਰਹਿ ਜੂਗਾ। 25 ਲੀਟਰ ਦਾ ਕੈਨ ਹੈ, 0.5 HP ਦੀ ਮੋਟਰ ਹੈ, ਇਨਵੈਟਰ 'ਤੇ ਵੀ ਚੱਲ ਪੂ ਜੇ ਲਾਈਟ ਉੱਠ ਗਈ। ਇੱਕ ਇਹਦੀ ਮੇਨ ਗੱਲ ਇਹ ਹੈ ਵੀ ਇਹ ਸਟੀਲ ਦੀ ਬਣੀ ਹੋਈ ਹੈ, ਇਸ ਕਰਕੇ ਇਹਨੂੰ ਜੰਗਾਲ ਵੀ ਨਹੀਂ ਲੱਗਦੀ। ਅਤੇ ਲਓ ਜੀ, ਜਿਹੜੀ ਇਹ ਮਸ਼ੀਨ ਆ ਗਈ ਹੁਣ, ਇਹਦਾ ਫਰਕ ਪਤਾ ਕੀ ਹੈ? ਇੱਕ ਤਾਂ ਇਹ ਸਟੀਲ ਦੀ ਬਣੀ ਹੋਈ ਹੈ, ਇਹਦੇ ਵਿੱਚ ਸਾਰਾ ਟੋਪ ਮਾਡਲ ਵਾਲਾ ਕੰਮ ਹੋ ਗਿਆ, ਸਟੀਲ ਦੀ ਬਣਾਵਟ ਹੈ ਇਹਦੀ, ਕੈਨ ਵੀ ਇਹਦਾ ਵੱਡਾ ਉਹਦੇ ਉਹਨਾਂ ਨਾਲੋਂ, ਮੋਟਰ ਵੱਡੀ ਹੈ, 1 HP ਦੀ ਮੋਟਰ ਮਿਲ ਜੂਗੀ। ਬਾਕੀ ਇਹਦਾ ਮੇਨ ਬੈਨੀਫਿਟ ਕੀ ਹੈ ਵੀ ਜੇ ਇਸ 'ਤੇ ਨਾ ਆਪਾਂ ਮੱਝਾਂ ਅਤੇ ਗਾਈਆਂ ਦੋਨਾਂ ਦੀ ਧਾਰਾਂ ਕੱਢ ਸਕਦੇ ਹਾਂ, ਦੋਨਾਂ ਦੀ ਚੁਆਈ ਕਰ ਸਕਦੇ ਹਾਂ। ਅਤੇ ਇਹਦਾ ਜਿਹੜਾ ਪ੍ਰਾਈਜ਼ ਹੈ ਉਹ 35000 ਰੁਪਈਆ, 1000 ਰੁਪਈਆ ਡਿਸਕਾਊਂਟ ਕਰਕੇ 34000 ਰੁਪਈਆ ਇਹਦਾ ਪ੍ਰਾਈਜ਼ ਰਹਿ ਜੂਗਾ। ਆਪਾਂ ਤੁਹਾਨੂੰ ਮੱਝਾਂ ਅਤੇ ਗਾਈਆਂ ਕੋਂਬੋ ਵਾਲੀ ਮਸ਼ੀਨ ਵੀ ਦਿਖਾਤੀ। ਹੁਣ ਇਹ ਜਿਹੜੀ ਡਿਫਰੈਂਟ ਚੀਜ਼ ਹੈ ਨਾ, ਡਿਫਰੈਂਟ ਚੀਜ਼ ਇਹ ਕੀ ਹੈ? ਇਹਦਾ ਜਿਹੜਾ ਕੈਨ ਹੈ ਇਹ ਟਰਾਂਸਪੈਰੈਂਟ ਹੈ। ਟਰਾਂਸਪੈਰੈਂਟ ਹੋਣ ਦਾ ਫਾਇਦਾ ਕੀ ਹੋ ਜਾਂਦਾ ਹੈ ਵੀ ਆਪਾਂ ਇਹਦੇ ਵਿੱਚ ਦੁੱਧ ਵੇਖ ਸਕਦੇ ਹਾਂ, ਅਤੇ ਇਹਦੀ ਕੈਪੈਸਿਟੀ ਹੈ ਜਿਹੜੀ ਕੈਨ ਦੀ ਉਹ ਲਗਭਗ 30 ਲੀਟਰ ਹੈ। 0.5 HP ਦੀ ਮੋਟਰ ਲੱਗੀ ਹੋਈ ਹੈ, ਸਟੀਲ ਦੀ ਇਹ ਮਸ਼ੀਨ ਹੈ, ਸਟੀਲ ਦਾ ਫਰੇਮ ਬਣਿਆ ਹੋਇਆ, ਸਾਰਾ ਕੈਨ ਹੈ ਜਿਹੜਾ ਇਹਦੇ ਵਿੱਚ ਫਿੱਟ ਕਰਿਆ ਹੋਇਆ। ਅਤੇ ਇਹਦਾ ਜਿਹੜਾ ਪ੍ਰਾਈਜ਼ ਹੈ 30000 ਰੁਪਈਆ ਇਹਦਾ ਪ੍ਰਾਈਜ਼ ਹੈ, ਬਾਕੀ ਡਿਸਕਾਊਂਟ ਕਰਕੇ 29000 ਰੁਪਈਏ ਦੀ ਆਪਾਂ ਨੂੰ ਇਹ ਮਸ਼ੀਨ ਮਿਲ ਜੂਗੀ। ਇਹਦਾ ਕੈਨ ਹੈ ਜਿਹੜਾ ਟਰਾਂਸਪੈਰੈਂਟ ਹੈ, ਮੋਟਰ 0.5 HP ਦੀ ਹੈ, ਜੇ ਆਪਣੇ ਕੋਲ ਲਾਈਟ ਉੱਠ ਗਈ ਇਨਵੈਟਰ 'ਤੇ ਵੀ ਇਹ ਮਸ਼ੀਨ ਚੱਲ ਜੂਗੀ। ਮਸ਼ੀਨ ਤੁਸੀਂ ਦੇਖ ਸਕਦੇ ਹੋ ਚਾਰੇ ਤਰਫ ਤੋਂ, 29000 ਰੁਪਈਆ ਫਾਈਨਲ ਪ੍ਰਾਈਜ਼ ਹੈ ਇਹਦਾ। ਵੈਸੇ 30000 ਰੁਪਈਆ ਜਿਹੜਾ ਬੰਦਾ ਸ਼ੇਅਰ ਕਰਕੇ ਆਊਗਾ ਉਹਨੂੰ ਡਿਸਕਾਊਂਟ ਦੇ ਤਹਿਤ, ਔਫਰ ਦੇ ਤਹਿਤ 1000 ਰੁਪਈਏ ਦਾ ਡਿਸਕਾਊਂਟ ਦਿੱਤਾ ਜਾਊਗਾ। ਲਓ ਜੀ, ਆਪਾਂ ਪਹੁੰਚੇ ਹੋਏ ਸੀ ਸ਼੍ਰੀ ਕਰਨ ਡੇਅਰੀ ਇਕਿਊਪਮੈਂਟਸ ਸ਼ੋਪ ਦੇ ਉੱਤੇ, ਅਤੇ ਵੰਡਰ ਮਿਲਕਿੰਗ ਨਾਮ ਤੋਂ ਇਹਨਾਂ ਦਾ ਬ੍ਰਾਂਡ ਹੈ। ਅਤੇ ਆਹ ਮਸ਼ੀਨਾਂ ਆਪਾਂ ਤੁਹਾਨੂੰ ਦਿਖਾਈਆਂ ਸੀ ਸਾਰੀਆਂ, ਰੇਟ ਆਪਾਂ ਤੁਹਾਨੂੰ ਸਾਰੀਆਂ ਦੇ ਦੱਸਦੇ ਹੈ। 20000 ਰੁਪਈਏ ਤੋਂ ਰੇਟ ਇਹਨਾਂ ਦਾ ਸਟਾਰਟ ਹੋ ਜਾਂਦਾ ਹੈ, ਅਤੇ ਅੱਡੋ ਅੱਡ ਮੋਟਰਾਂ ਦੀ ਜਿਹੜੀ ਹੁੰਦੀ ਆ HP ਅੱਡੋ ਅੱਡ ਹੈ ਨਾ, 0.5 HP ਤੋਂ ਸਟਾਰਟ ਹੋ ਕੇ ਆਪਾਂ 1 HP ਤੱਕ ਤੁਹਾਨੂੰ ਮਸ਼ੀਨਾਂ ਵਿਖਾਈਆਂ, ਅਤੇ ਸਾਰੀਆਂ ਦੇ ਆਪਾਂ ਰੇਟ ਵੀ ਦੱਸੇ ਆ, ਵਿੱਚ ਜਿਹੜਾ ਔਫਰ ਚੱਲੀ ਜਾਂਦਾ ਆਪਾਂ ਤੁਹਾਨੂੰ ਉਹ ਵੀ ਦਿਖਾਇਆ। ਅਤੇ ਇਸ ਤੋਂ ਇਲਾਵਾ ਇਸ ਸ਼ੋਪ ਦੇ ਉੱਤੇ ਆਪਾਂ ਨੂੰ ਹਰੇਕ ਤਰ੍ਹਾਂ ਦਾ ਸਮਾਨ ਮਿਲ ਜਾਣਾ ਮਸ਼ੀਨਾਂ ਦੇ ਰਿਲੇਟਡ, ਰਿਪੇਅਰ ਵੀ ਕਰਦੇ ਆ, ਮੈਨੂਫੈਕਚਰਿੰਗ ਆਪਦੀ ਹੈ, ਰਿਪੇਅਰਿੰਗ ਦਾ ਸਮਾਨ ਵੀ ਮਿਲ ਜਾਂਦਾ, ਫੈਟ ਕੱਢਣ ਵਾਲੀਆਂ ਮਸ਼ੀਨਾਂ ਵੀ ਇਹ ਸ਼ੋਪ ਦੇ ਉੱਤੋਂ ਤੁਹਾਨੂੰ ਮਿਲ ਜਾਣਗੀਆਂ। ਇਹਦੀ ਲੋਕੇਸ਼ਨ ਹੈ ਜਿਹੜੀ ਆਪਾਂ ਤੁਹਾਨੂੰ ਦੱਸੀ ਹੈ, ਬਾਕੀ ਸਕਰੀਨ ਦੇ ਉੱਤੇ ਆਪਾਂ ਤੁਹਾਨੂੰ ਨੰਬਰ ਪਾ ਦਾਂਗੇ। ਇਹ ਇੱਧਰ ਜਿਹੜਾ ਇਹਨਾਂ ਦੀਆਂ ਮਸ਼ੀਨਾਂ ਪਈਆਂ, ਇੱਥੇ ਰਿਪੇਅਰਿੰਗ ਦਾ ਕੰਮ ਵੀ ਕਰਦੇ ਆ, ਮਸ਼ੀਨਾਂ ਵੀ ਆਪ ਬਣਾਉਂਦੇ ਆ ਹੈ ਨਾ। ਅਤੇ ਇਹ ਮਸ਼ੀਨਾਂ ਦਿਖਾਈਆਂ ਆਪਾਂ ਤੁਹਾਨੂੰ ਅੱਜ, ਮਿਲਕਿੰਗ ਮਸ਼ੀਨਾਂ, ਅਤੇ ਇਹਦੇ ਵਿੱਚ ਮੱਝਾਂ ਅਤੇ ਗਾਈਆਂ ਦੋਨਾਂ ਦੀਆਂ ਧਾਰਾਂ ਕੱਢਣ ਵਾਲੀਆਂ ਮਸ਼ੀਨਾਂ ਵੀ ਇੱਥੇ ਮਿਲ ਜਾਣਗੀਆਂ। ਸੋ ਇਹਨਾਂ ਦੀ ਸ਼ੋਪ ਨੂੰ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ, ਇੱਥੇ ਆਇਓ, ਚੈੱਕ ਕਰਿਓ, ਪ੍ਰਾਈਜ਼ ਵੇਖਿਓ ਕਿਹੋ ਜਿਹਾ, ਕੁਆਲਿਟੀ ਕਿਹੋ ਜਿਹੀ ਹੈ, ਫਿਰ ਤੁਸੀਂ ਖਰੀਦਿਓ। ਅਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਇਹੋ ਜਿਹੀ ਡੇਅਰੀ ਫਾਰਮ ਦੇ ਰਿਲੇਟਡ ਜਾਣਕਾਰੀ ਦੇ ਨਾਲ, ਅਤੇ ਵੀਡੀਓ ਆਪਣੀ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਜੀ ਸਾਰਿਆਂ ਦਾ।